ਗੁਰੂ ਸਵਾਰਿਓ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਪ੍ਰਗਟ ਸਿੰਘ ਮੋਗਾ ਜੀ, ਪਿੰਡ ਰਾਏ ਚੱਕ, ਜ਼ਿਲ੍ਹਾ ਗੁਰਦਾਸਪੁਰ ਤੋਂ ਬੋਲ ਰਿਹਾ ਜੀ। ਮੇਰੇ ਸਾਹਮਣੇ ਤੁਸੀਂ ਇੱਕ ਵੀਡੀਓ ਵੇਖ ਰਹੇ ਹਾਂ ਜੀ, ਜਿਸ ਦੇ ਵਿੱਚ ਮੇਰਾ ਛੋਟਾ ਵੀਰ ਅੱਜ ਸਾਡੇ ਕੋਲ ਦਸਤਾਰ ਮੁਕਾਬਲੇ 'ਚ ਆਇਆ ਆ। ਅਤੇ ਵੀਰ ਦੇ ਨਾ ਵਾਹਿਗੁਰੂ ਵੱਲੋਂ ਜਿਹੜਾ ਕੋਈ ਭਾਣਾ ਵਰਤਿਆ ਹੋਣਾ ਆ ਵੀ ਉਹਦੀ ਇੱਕ ਬਾਂਹ ਨਹੀਂ ਹੈ। ਤੁਸੀਂ ਦਸਤਾਰ ਵੇਖੋ ਵੀ ਕਿੰਨੀ ਸੋਹਣੀ ਦਸਤਾਰ ਮੇਰੇ ਛੋਟੇ ਵੀਰ ਨੇ ਹੁਸ਼ਿਆਰਪੁਰ ਤੋਂ ਆਇਆ ਆ, ਦਸਤਾਰ ਮੁਕਾਬਲੇ ਵਿੱਚ ਸਜਾਈ ਆ, ਇਕੱਲਾ ਇਕੱਲਾ ਲੜ ਦਿਸ ਰਿਹਾ ਆ। ਅਤੇ ਬਹੁਤ ਵੱਡਾ ਸੁਨੇਹਾ ਉਹਨਾਂ ਲੋਕਾਂ ਲਈ ਆ ਜਿਹੜੇ ਕੰਨਾਂ 'ਚ ਮੁੰਦਰਾਂ ਪਾ ਕੇ ਸਤਿਗੁਰੂ ਵੱਲੋਂ ਬਖਸ਼ੀ ਹੋਈ ਮਹਾਨ ਦਾਤ ਤੋਂ ਦੂਰ ਹੋ ਰਹੇ ਆ। ਅਤੇ ਮੈਂ ਹੈਰਾਨ ਆ ਵੀ ਜਿਨ੍ਹਾਂ ਦੇ ਦੋ ਦੋ ਬਾਹਾਂ ਨੇ, ਤੰਦਰੁਸਤ ਸਰੀਰ ਆ, ਸੋਹਣੇ ਜਿਹੜੇ ਜੁੱਸੇ ਨੇ ਸਰੀਰ, ਉਹ ਵੀ ਅੱਜ ਕੱਲ੍ਹ ਗੁਰੂ ਦੇ ਬਖਸ਼ੇ ਹੋਏ ਦਸਤਾਰ ਨੂੰ ਆਪਣੇ ਸਿਰਾਂ ਤੋਂ ਅਲੋਪ ਕਰ ਰਹੇ ਆ। ਫਿਰ ਤੁਸੀਂ ਦੇਖ ਰਹੇ ਆ ਵੀ ਸੈਂਕੜੇ ਜਿਹੜੇ ਵੀਰ ਆ ਉਹ ਇਹ ਵੀਰ ਵੱਲ ਵੀ ਦੇਖ ਰਹੇ ਆ। ਅਤੇ ਮੈਂ ਸਾਰੇ ਵੀਰਾਂ ਨੂੰ ਹੀ ਬੇਨਤੀ ਕਰਦਾ ਹਾਂ ਵੀ ਭਾਈ ਜ਼ਰੂਰ ਸਤਿਗੁਰ ਦੀ ਬਖਸ਼ੀ ਹੋਈ ਦਾਤ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਓ। ਅਤੇ ਬਹੁਤ ਵੱਡਾ ਸੁਨੇਹਾ ਜਿਹੜਾ ਇਸ ਵੀਰ ਨੇ ਅੱਜ ਪੂਰੀ ਦੁਨੀਆ ਨੂੰ ਦਿੱਤਾ, ਪੂਰੇ ਪੰਜਾਬ ਦੇ ਵਿੱਚ, ਵਿਦੇਸ਼ਾਂ ਵਿੱਚ ਸਾਰੇ ਸਾਡੇ ਗੁਰਸਿੱਖ ਭਰਾ ਸਾਡੇ ਨਾਲ ਜੁੜੇ ਹੋਏ ਹੈ। ਬਾਬਾ ਜੁਝਾਰ ਸਿੰਘ ਦੇ ਇੱਕ ਬੜੇ ਸੋਹਣੇ ਉੱਦਮ ਸਦਕਾ ਅਜਿਹੇ ਵੀਰਾਂ ਨੂੰ ਵੀ ਮੌਕਾ ਮਿਲਿਆ ਆ। ਅਤੇ ਆਸ ਕਰਦੇ ਹਾਂ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਵੀ ਅਜਿਹੇ ਵੀਰ ਵੀ ਨੇ ਜਿਹੜੇ ਜਿਨ੍ਹਾਂ ਕੋਲ ਇੱਕ ਮਾਂ ਵੀ ਨਹੀਂ ਹੈ ਔਰ ਤਾਂ ਵੀ ਇੰਨੀ ਸੋਹਣੀ ਦਸਤਾਰ ਸਜਾਉਂਦੇ ਆ। ਕੀ ਨਾਮ ਹੈ ਵੀਰ ਜੀ ਤੁਹਾਡਾ? ਕਮਲਪ੍ਰੀਤ ਸਿੰਘ। ਕਿੱਥੋਂ ਆਏ ਆ ਜੀ ਤੁਸੀਂ? ਹੁਸ਼ਿਆਰਪੁਰ। ਹੁਸ਼ਿਆਰਪੁਰ। ਕਿੰਨੇ ਚਿਰ ਤੋਂ ਦਸਤਾਰ ਸਜਾਉਂਦੇ ਆ ਜੀ ਤੁਸੀਂ? ਦੋ ਸਾਲ। ਦੋ ਸਾਲ ਤੋਂ? ਦੋ ਸਾਲ ਹੋ ਗਏ ਵੀਰ ਨੂੰ ਦਸਤਾਰ ਸਜਾਉਂਦੇ ਆ। ਅਤੇ ਬਹੁਤ ਬਹੁਤ ਧੰਨਵਾਦ। ਅਤੇ ਇੱਕ ਦੱਸਿਓ ਵੀਰ ਜੀ ਵੀ ਜਿਹੜਾ ਇਹ ਹਾਦਸਾ ਵਾਪਰਿਆ ਆ ਸਤਿਗੁਰੂ ਵੱਲੋਂ, ਤੁਹਾਡੇ ਇੱਕ ਬਾਂਹ ਨਹੀਂ ਹੈ, ਇਹ ਕੋਈ ਕੀ ਕਾਰਨ ਆ ਵੀ ਇਹ ਪਹਿਲਾਂ ਤੋਂ ਆ ਜਾਂ ਬਚਪਨ 'ਚ ਆ ਜਾਂ ਹੁਣ ਥੋੜ੍ਹੇ ਸਮੇਂ ਤੋਂ ਇੱਦਾਂ ਹੋਇਆ ਆ? ਚੱਕੀ ਵਾਲੇ ਪੱਟੇ 'ਚ ਆ ਗਿਆ। ਹਾਂਜੀ, ਚੱਕੀ ਵਾਲੇ ਪੱਟੇ 'ਚ। ਚੱਕੀ ਵਾਲੇ ਪੱਟੇ 'ਚ ਕਿੰਨਾ ਚਿਰ ਹੋ ਗਿਆ ਵੀਰੇ ਬਾਂਹ ਇਹਨੂੰ ਚੱਕੀ ਵਾਲੇ ਪੱਟੇ 'ਚ? ਨੌ ਸਾਲ ਹੋ ਗਿਆ ਵੀਰ ਨੂੰ। ਉਮਰ ਕਿੰਨੀ ਆ ਵੀਰੇ ਤੇਰੀ? 17 ਸਾਲ। 17 ਸਾਲ ਉਮਰ ਆ ਜੀ। ਅਤੇ 9 ਸਾਲ ਹੋ ਗਏ ਵੀਰ ਦੀ ਬਾਂਹ ਕੱਟੀ ਹੋਈ ਨੂੰ। ਅਤੇ ਇੱਕ ਬਾਂਹ ਨਾਲ ਹੀ ਜਿਹੜਾ ਵੀਰ ਸੋਹਣੀ ਦਸਤਾਰ ਸਜਾ ਰਿਹਾ ਆ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ, ਦੁਨੀਆ ਭਰ 'ਚ ਸੁਨੇਹਾ ਜਾਏ, ਦੁਨੀਆ ਭਰ 'ਚ ਵੱਸਦੇ ਹੋਏ ਗੁਰਸਿੱਖਾਂ ਕੋਲ, ਉਹਨਾਂ ਨੌਜਵਾਨਾਂ ਕੋਲ ਜਿਹੜੇ ਸਤਿਗੁਰ ਦੀ ਬਖਸ਼ੀ ਹੋਈ ਦਸਤਾਰ ਨੂੰ ਆਪਣੇ ਘਰਾਂ ਪਰਿਵਾਰਾਂ ਦੇ ਵਿੱਚੋਂ ਅਲੋਪ ਕਰ ਰਹੇ ਆ ਜੀ। ਤੁਹਾਡਾ ਆਪਣਾ ਗੁਰਮਤਿ ਪ੍ਰਚਾਰਕ ਸੇਵਾਦਾਰ ਗੁਰੂ ਨਾਨਕ ਦੇ ਘਰ ਦਾ ਕੂਕਰ ਭਾਈ ਪ੍ਰਗਟ ਸਿੰਘ, ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।